ਅੱਜ ਆਪਣਾ ਵਿਸ਼ੇਸ਼ ਤੋਂ ਬੁਲਾਰਾ ਬੋਲ ਜਾਲਾ ਕਲਾਂ ਵਿਖੇ ਧਰਨਾ ਲੱਗਿਆ ਹੋਇਆ ਹੈ, ਤੁਹਾਡਾ ਸਵਾਗਤ ਹੈ। ਕੀ ਕਹਿਣਾ ਕਿਸਾਨਾਂ ਦਾ, ਆਓ ਕਰਦੇ ਹਾਂ ਗੱਲਬਾਤ। ਪੰਜ ਪ੍ਰਧਾਨ ਜੀ ਇੱਕ ਧਰਨਾ ਲੱਗਾ, ਕੀ ਕਹਿਣਾ? ਅੱਜ ਜੀ ਇੱਥੇ ਕੇਜਰੀਵਾਲ ਸਾਹਿਬ ਆ ਰਹੇ ਨੇ। ਇਹਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਸੰਯੁਕਤ ਮੋਰਚੇ ਦੇ ਨਾਲ ਤੈਅ ਹੋਇਆ ਸੀ ਵੀ ਜਿੰਨਾ ਚਿਰ ਚੋਣਾਂ ਦਾ ਐਲਾਨ ਨਹੀਂ ਹੁੰਦਾ ਉਹਨਾਂ ਸਮਾਂ ਅਸੀਂ ਕੋਈ ਵੀ ਰਾਜਨੀਤਿਕ ਸਿਆਸੀ ਸਰਗਰਮੀ ਹੈ ਜਿਹੜੀ ਨਹੀਂ ਕਰਾਂਗੇ, ਪਰ ਇਹ ਆਪਦੇ ਵਾਅਦੇ ਤੋਂ ਮੁੱਕਰੇ ਨੇ। ਅੱਜ ਜਿਹੜੇ ਸਾਡੇ ਸਵਾਲ ਨੇ ਉਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਪ੍ਰੈਸ ਦੇ ਸਾਹਮਣੇ ਇਹਨਾਂ ਅੱਗੇ ਸਵਾਲ ਰੱਖਾਂਗੇ। ਜੇ ਇਹਨਾਂ ਨੇ ਕੋਈ ਠੋਸ ਉਹਨਾਂ ਦਾ ਸਾਨੂੰ ਜਵਾਬ ਦੇ ਦਿੱਤਾ ਤਾਂ ਠੀਕ ਹੈ, ਅਗਰ ਉਹ ਨਹੀਂ ਦਿੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਇਹਨਾਂ ਦੇ ਖਿਲਾਫ ਅਸੀਂ ਵਧਾਵਾਂਗੇ, ਉਹਦੀ ਜ਼ਿੰਮੇਵਾਰੀ ਇਹਨਾਂ ਦੀ ਹੋਊਗੀ। ਇਸ ਕਰਕੇ ਅੱਜ ਅਸੀਂ ਇਹ ਜਿਹੜਾ ਇੱਥੇ ਸੰਕੇਤਕ ਧਰਨਾ ਦਿੱਤਾ ਹੋਇਆ ਸੀ ਉਹਨਾਂ ਦੀ ਡੀਕ 'ਚ ਅਸੀਂ ਉਹਨਾਂ ਦੇ ਸਵਾਲ ਕਰ ਰਹੇ ਹਾਂ। ਤੁਹਾਡਾ ਕੀ ਕਹਿਣਾ ਜੀ ਧਰਨਾ ਲਾਇਆ? ਇਹ ਅਸੀਂ ਅੱਜ ਧਰਨਾ ਨਹੀਂ ਲਾਇਆ, ਅਸੀਂ ਇਹ ਕਿਸਮ ਦਾ ਇੱਥੋਂ ਦੀ ਕੇਜਰੀਵਾਲ ਸਾਹਿਬ ਨੇ ਲੰਘਣਾ ਹੈਗਾ, ਸੋ ਅਸੀਂ ਜੋ ਇਹ ਮੋਰਚਾ ਲਾਇਆ ਉਹਨਾਂ ਨੂੰ ਸਵਾਲ ਜਵਾਬ ਕਰਨ ਵਾਸਤੇ ਅਤੇ ਸਾਡੇ ਸਵਾਲਾਂ ਦੇ ਜਵਾਬ ਲੈਣ ਵਾਸਤੇ ਅਸੀਂ ਇੱਥੇ ਇਕੱਤਰ ਹੋਏ, ਕਿਉਂਕਿ ਪਿਛਲੇ 11 ਮਹੀਨਿਆਂ ਤੋਂ ਅਸੀਂ ਲੰਮੇ ਸਮੇਂ ਤੋਂ ਦਿੱਲੀ ਬਾਰਡਰਾਂ 'ਤੇ ਬੈਠੇ ਹਾਂ। ਉਦੋਂ ਸਾਡੀ ਕਿਸੇ ਵੀ ਪਾਰਟੀ ਨੇ, ਨਾ ਕਾਂਗਰਸ ਨੇ, ਨਾ ਅਕਾਲੀ ਨੇ ਕੋਈ ਗੱਲ ਨਹੀਂ ਸੁਣੀ, ਨਾ ਆਮ ਵਾਲਿਆਂ ਨੇ। ਅੱਜ ਇਹ ਵੋਟਾਂ ਨੇੜੇ ਨੇ, ਵੋਟਾਂ ਦਾ ਨੇੜੇ ਕਰਕੇ ਇਹ ਆਪਦੀ ਕੁਰਸੀ ਵਾਸਤੇ ਪਿੰਡ ਪਿੰਡ ਭੱਜੇ ਫਿਰਦੇ ਨੇ, ਸੋ ਅਸੀਂ ਇਹਨਾਂ ਨੂੰ ਇਹੀ ਜਵਾਬ ਸਵਾਲ ਪੁੱਛਣਾ ਚਾਹੁੰਦੇ ਹਾਂ ਵੀ ਉਦੋਂ ਤੁਹਾਡੀ ਪਾਰਟੀ ਕਿੱਥੇ ਗਈ ਸੀ, ਤੁਸੀਂ ਕਿਉਂ ਨਹੀਂ ਸਾਡੇ ਕਿਸਾਨਾਂ ਦੇ ਬਰਾਬਰ ਬੈਠੇ, ਜੋ ਇਹ ਤਿੰਨੇ ਕਾਲੇ ਕਾਨੂੰਨ ਬਣੇ ਨੇ, ਸੋ ਇਹਨਾਂ ਦੀ ਕੈਬਨਿਟ ਇਹ ਸੰਸਦ ਵਿੱਚ ਮੌਜੂਦ ਸੀ, ਸੋ ਸਾਰੇ ਇਹ ਰਲੇ ਹੋਏ ਨੇ ਸਾਰੇ ਇਕੱਠੇ। ਇਹਨਾਂ ਨੂੰ ਸੱਦਣ ਵਾਲੀ ਜੀ ਤੁਹਾਡੀ ਤੁਹਾਡੇ ਵਿੱਚੋਂ ਹੀ ਨੇ, ਪਾਰਟੀ ਦੇ ਬੰਦੇ ਨੇ, ਉਹੀ ਬੁਲਾਉਂਦੇ ਨੇ, ਫਿਰ ਇਹ ਆਉਂਦੇ ਨੇ, ਉਹਨਾਂ ਬਾਰੇ ਕੀ ਕਹੋਗੇ? ਦੇਖੋ ਸਾਡੀ ਪਾਰਟੀ 'ਚ ਉਹਨਾਂ ਨਾਲ ਕੋਈ ਬੰਦਾ ਨਹੀਂ, ਇਹ ਬੰਦਿਆਂ ਨੂੰ ਗੁੰਮਰਾਹ ਕਰਦੇ ਨੇ, ਕਿਸੇ ਨੂੰ ਚੇਅਰਮੈਨੀ ਦੇਣ ਵਾਸਤੇ ਕਿਸੇ ਨੂੰ ਕੋਈ ਸਰਪੰਚੀ ਦਵਾ ਦਾਂਗੇ, ਕਿਸੇ ਨੂੰ ਕੋਈ ਛੋਟੀ ਮੋਟੀ ਪ੍ਰਧਾਨਗੀ ਹੋਰ ਇਹੋ ਜਿਹਾ ਲਾਲਚ ਦੇ ਕੇ। ਕੁਛ ਲੋਕ ਗਦਾਰ ਨੇ, ਮੈਂ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦੇ ਨਾਲ ਤੁਰਦੇ ਨੇ ਇਸ ਸਮੇਂ 'ਚ, ਮੈਂ ਉਹਨਾਂ ਨੂੰ ਕਹਿਣਾ ਵੀ ਜਿੰਨਾ ਚਿਰ ਇਹ ਸੰਘਰਸ਼ ਚੱਲਦਾ, ਅੰਦੋਲਨ ਚੱਲਦਾ, ਜਿਹੜਾ ਇਹਨਾਂ ਦੇ ਨਾਲ ਤੁਰਦਾ ਉਹ ਕਿਸਾਨਾਂ ਦੇ ਦੁਸ਼ਮਣ ਨੇ। ਆਹੀ ਧਰਨਾ ਲੱਗਿਆ ਤੁਹਾਡਾ? ਕਿਉਂਕਿ ਜਿਹੜਾ ਸੰਯੁਕਤ ਮੋਰਚੇ ਵੱਲੋਂ ਦਿੱਲੀ ਦੇ ਵਿੱਚ ਪਾਰਲੀਮੈਂਟ ਲਗਾਈ ਸੀ, ਉਸ ਪਾਰਲੀਮੈਂਟ ਵਿੱਚ ਸਾਰੀਆਂ ਵੋਟ ਬਟੋਰੂ ਪਾਰਟੀਆਂ ਨੂੰ ਸੱਦਾ ਦਿੱਤਾ ਸੀ ਸੰਯੁਕਤ ਮੋਰਚੇ ਨੇ। ਸੰਯੁਕਤ ਮੋਰਚੇ ਵੱਲੋਂ ਹਰੇਕ ਪਾਰਟੀ ਨੂੰ, ਵੱਡੀ ਪਾਰਟੀ ਨੂੰ ਅੱਧਾ ਘੰਟਾ, ਛੋਟੀ ਨੂੰ 20 ਮਿੰਟ ਦੱਸਿਆ ਸੀ ਆਪਦੇ ਵਿਚਾਰਾਂ ਬਾਰੇ ਵੀ ਸਾਡੇ ਅੰਦੋਲਨ ਬਾਰੇ ਕੀ ਰਹੇ ਹੈ। ਤਾਂ ਉਦੋਂ ਸੰਯੁਕਤ ਮੋਰਚੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਸਿਆਸੀ ਪਾਰਟੀਆਂ ਦੇ ਨਾਲ ਵੀ ਜਿੰਨਾ ਚਿਰ ਜਿਹੜੇ ਤਿੰਨੇ ਕਾਨੂੰਨ ਹੈ ਇਹ ਰੱਦ ਨਹੀਂ ਹੁੰਦੇ, ਉਹਨਾਂ ਚਿਰ ਕੋਈ ਵੀ ਸਿਆਸੀ ਪਾਰਟੀ ਵੋਟਾਂ ਮੰਗਣ ਵਾਸਤੇ ਜਾਂ ਸਿਆਸੀ ਪ੍ਰਚਾਰ ਵਾਸਤੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਦੇ ਨਹੀਂ ਜਾਊਗੀ। ਪਰ ਇਹਨਾਂ ਨੇ ਕਿਹਾ ਕੁਛ ਹੈ, ਕਮਾਉਂਦੇ ਕੁਛ ਹੈ, ਜਿਹੜਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਲਗਾਤਾਰ ਆਪਣਾ ਜਿਹੜਾ ਪੈਰ ਹੈ ਪਸਾਰਨ ਉਹ ਸ਼ੁਰੂ ਕਰਤੇ, ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕਰਤਾ। ਇਸ ਦਾ ਵਿਰੋਧ ਕਰਨ ਲਈ ਅੱਜ ਜਿਵੇਂ ਅਰਵਿੰਦ ਕੇਜਰੀਵਾਲ ਮਾਨਸਾ ਚਾਹ ਰਿਹਾ, ਅਸੀਂ ਉਸ ਦਾ ਇਹ ਵਿਰੋਧ ਕਰਦੇ ਹਾਂ। ਉਹਨੂੰ ਇਹ ਸਵਾਲ ਪੁੱਛਦੇ ਹਾਂ ਵੀ ਜਦੋਂ ਤੁਸੀਂ ਉੱਥੇ ਸੰਯੁਕਤ ਮੋਰਚੇ ਵਿੱਚ ਇਹ ਫੈਸਲਾ ਲਿਆ ਸੀ ਤਾਂ ਜਦੋਂ ਅੱਜ ਨਹੀਂ ਖੜ ਸਕਦੇ ਤਾਂ ਕੱਲ੍ਹ ਨੂੰ ਤੁਸੀਂ ਫਿਰ ਕਿਵੇਂ ਖੜੋਗੇ ਆਪਦੇ ਵਿਚਾਰਾਂ 'ਤੇ? ਸਾਡੀ ਇਹੀ ਲੜਾਈ ਹੈ ਵੀ ਜਿੰਨਾ ਚਿਰ ਸਾਡੇ ਤਿੰਨੇ ਕਾਨੂੰਨ ਆ ਜਿਹੜੇ ਉਹ ਰੱਦ ਨਹੀਂ ਹੋ ਜਾਂਦੇ ਤਾਂ ਉਨਾ ਚਿਰ ਅਸੀਂ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ, ਅਤੇ ਨਾਲ ਜਿਹੜੇ ਅਸੀਂ ਸਵਾਲ ਪੁੱਛਣੇ ਹੈ ਉਹ ਸਵਾਲਾਂ ਦੇ ਜਵਾਬ ਲਏ ਬਿਨਾਂ ਅਸੀਂ ਕੇਜਰੀਵਾਲ ਨੂੰ ਇੱਥੋਂ ਟੱਪਣ ਨਹੀਂ ਦਿੰਦੇ ਜਿੰਨਾ ਚਿਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਦੇ। ਹਾਂਜੀ ਤੁਹਾਡਾ ਕੀ ਕਹਿਣਾ ਜੋ ਅੱਜ ਦਾ ਧਰਨਾ ਕੇਜਰੀਵਾਲ ਦੇ ਖਿਲਾਫ? ਅੱਜ ਜਿਹੜਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਜੀ ਮਾਨਸਾ ਦੇ ਵਿੱਚ ਪਹੁੰਚ ਰਹੇ ਨੇ, ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਲਾਗੂ ਕਰਨ ਦੇ ਲਈ ਅਸੀਂ ਕੇਵਲ ਸਵਾਲ ਕਰਨੇ ਆ ਉਹਨਾਂ ਨੂੰ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਔਰ ਪੰਜਾਬ ਦੇ ਅੰਦਰ ਇਹਨਾਂ ਦੇ ਜਿਹੜੇ 20 ਵਿਧਾਨਕਾਰ ਜਿੱਤ ਕੇ ਗਏ ਹੈ ਉਹਨਾਂ ਦੀ ਕੀ ਕਾਰਜਕਾਰੀ ਰਹੀ ਹੈ, ਔਰ ਇਸ ਮਾਮਲੇ 'ਤੇ ਜੋ ਸਾਡਾ ਕਿਸਾਨੀ ਮਾਮਲਾ ਹੈ ਔਰ ਇਹ ਜ਼ਮੀਨ ਨੂੰ ਬਚਾਉਣ ਦੇ ਲਈ ਤੁਹਾਡੇ ਕੀ ਉਪਰਾਲੇ ਹੋਣਗੇ, ਔਰ ਇਹਨਾਂ ਜਿਹੜੇ ਮੁੱਦਿਆਂ ਦੇ ਆਧਾਰ 'ਤੇ ਅਸੀਂ ਜਿਹੜੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ। ਪਰ ਸਾਨੂੰ ਇੱਕ ਗੱਲ ਦਾ ਜ਼ਰੂਰ ਇਹ ਯਕੀਨ ਹੈ ਕਿ ਇਹਨਾਂ ਲੋਕਾਂ ਵੱਲੋਂ ਕੇਵਲ ਭਰਮਾਉਣ ਦਾ ਕੰਮ ਕਰਨਾ। ਅੱਜ ਵੀ ਜਿਹੜਾ ਮੈਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਜਿਹੜਾ ਵਿਅਕਤੀ ਪ੍ਰੈਸ ਨੂੰ ਲੁਕੋ ਕੇ ਇਕੱਲੇ ਗੱਲ ਕਰਨਾ ਚਾਹੁੰਦਾ ਇਹਦਾ ਮਤਲਬ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕਰ ਸਕਦਾ। ਉਹ ਪੰਜਾਬ ਤੋਂ ਲੁਕੋ ਕੇ ਗੱਲ ਜਿਹੜਾ ਕਰੂਗਾ ਉਹ ਜ਼ਰੂਰ
पंजाब दे लोकां दे विरोधी गल होएगी। सो मैं ये कहना चाहुंदा है कि संयुक्त किसान मोर्चा अपना संघर्ष जिहड़ा वो जारी रखेगा जिन्ना समा जिहड़ा ये तिन्ने काले कानून रद्द नहीं होणा। प्रश्न है जी जिहड़ा इन्हां नूं बुलाउंदे ने फिर वह भी किसान ही ने जी, वह भी कोई होर नहीं है। देखो इहदे च फर्क है, किसान तां पंजाब दे विच मेरा ख्याल है भी 70-80% जिहड़ा है वह पंजाब साढ़े किसानां दी धरती है, लेकिन वह सारे लोग लड़न वाले नहीं, क्योंकि जेकर बेचारे वह सारे लड़न वाले होंगे तो इतों तक जिहड़ा माड़े लोग है वह अपनी रियासतां नूं कायम नहीं सी रख सकते, उन्होंने विरोध के जिहड़े कानून नहीं सी बन सकते। संयुक्त मोर्चा किसान जथेबंदियां जिहड़ियां पिछले लंबे समय तो ये किसानां दे हितां लई लड़ रही ने, और किसान संयुक्त किसान मोर्चा जिहड़ा दिन पर दिन जिहड़ा ये प्राप्तियां वाले पासे जा रहा है, और ये जिहड़ा अज पूरे पंजाब दे नहीं पूरे देश नहीं पूरी दुनिया के लोगों जिहड़ा संयुक्त किसान मोर्चे ने अज जागृत किया है। कल्ला किसान नहीं, जिन्हें भी लोग विरोधी फैसले लागू हो रहे हैं अज लोग जिहड़ा उन्हां दे लई सवाल खड़े कर रहे हैं ते लीडरां तों सवाल पुछ रहे हैं। अज जी इत्थे केजरीवाल साहब आ रहे ने, इन्हां सारियां राजनीतिक पार्टियां दा संयुक्त मोर्चे दे नाल तय होया सी वी जिन्ना चिर चोणां दा ऐलान नहीं हुंदा उन्ना समा असी कोई भी राजनीतिक सियासी सरगर्मियां जिहड़ी नहीं करांगे, पर ये आपदे वादे तो मुकरे ने। अज जिहड़े साडे सवाल ने उन्हां सवालों नूं लैके असी प्रैस दे सामने इन्हां अगे सवाल रखांगे, जे इन्हां ने कोई ठोस उन्हां दा सानूं जवाब दे दिता तां ठीक है, अगर वह नहीं देंदे तो आने वाले समय के इन का जो रोस प्रदर्शन है वो इन्हों के खिलाफ अं बधावे वो जिम्मेवारी इन्हों की होगी। इस करके अज असी यह जो संकेत धरना दिता है असं उन्होंने डीक च असं उन्होंने सवाल कर रहे हैं। ये असं अब धरना नहीं लाया, असं यह किस्म का इतों की केजरीवाल साहब ने लंघना है, सो असी जो ये मोर्चा लाया उन्होंने सवाल जवाब करन वास्ते ते साडे सवालों के जवाब लैन वास्ते असीं इत्थे एकत्र होए, क्योंकि पिछले 11 महीनों तो असीं लंबे समय तो दिल्ली बार्डर से बैठे हाँ, उदों साडी किसी भी पार्टी ने ना कांग्रेस ने ना अकाली ने कोई गल नहीं सुनी ना आम वाले ने। अज यह वोटां नेड़े ने, वोटां दा नेड़े करके यह आपदी कुर्सी वास्ते पिंड पिंड भज्जे फिरते हैं, सो असीं इन्हां नूं यही जवाब सवाल पुछना चाहुंदे हां भी उदों साडी पार्टी कित्थे गई सी, तुसीं क्यों नहीं साडे किसानां दे बराबर बैठे, जो ये तिने काले कानून बने ने, सो इन्हां दी कैबिनेट ये संसद में मौजूद सी, सो सारे ये रले हुए ने सारे इकट्ठे इन्हां नूं सद्दण लई तुहाडी तुहाडे विचों ने पार्टी के बंदे ने उही बुलाउंदे ने फिर ये आउंदे ने उन्हां बारे की कहोगे? देखो साडी पार्टी दे उन्हां नाल कोई बंदा नहीं, यह बंदे नूं गुमराह करदे ने, किसी नूं चेयरमैनी देण वास्ते किसी नूं कोई सरपंची दवा देंगे किसी नूं कोई छोटी मोटी प्रधानगी होर इह जिहा लालच दे के कुछ लोग गदार ने। मैं उन्हां लोकां नूं जिहड़े इन्हां दे नाल तुरदे ने इस समय च मैं उन्हां नूं कहना भी जिन्ना चिर इह संघर्ष चलदा अंदोलन चलदा जिहड़ा इन्हां दे नाल तुरदा है वह किसानां दे दुश्मन ने। ਆਈ ਧਰਨਾ ਲੱਗਾ ਤੁਹਾਡਾ ਕੀ ਕਹਿਣਾ? ਕਿਉਂਕਿ ਜਿਹੜਾ ਸੰਯੁਕਤ ਮੋਰਚੇ ਵੱਲੋਂ ਦਿੱਲੀ ਦੇ ਵਿੱਚ ਪਾਰਲੀਮੈਂਟ ਲਗਾਈ ਸੀ ਉਸ ਪਾਰਲੀਮੈਂਟ ਵਿੱਚ ਸਾਰੀਆਂ ਵੋਟ ਬਟੋਰੂ ਪਾਰਟੀਆਂ ਨੂੰ ਸੱਦਾ ਦਿੱਤਾ ਸੀ ਸੰਯੁਕਤ ਮੋਰਚੇ ਨੇ। ਸੰਯੁਕਤ ਮੋਰਚੇ ਵੱਲੋਂ ਹਰੇਕ ਪਾਰਟੀ ਨੂੰ ਵੱਡੀ ਪਾਰਟੀ ਨੂੰ ਅੱਧਾ ਘੰਟਾ ਛੋਟੀ ਨੂੰ 20 ਮਿੰਟ ਦੱਸਿਆ ਸੀ ਆਪਦੇ ਵਿਚਾਰਾਂ ਬਾਰੇ ਵੀ ਸੋਡੀ ਸਾਡੇ ਅੰਦੋਲਨ ਬਾਰੇ ਕੀ ਰਹੇ ਹੈ, ਤਾਂ ਉਦੋਂ ਸੰਯੁਕਤ ਮੋਰਚੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਸਿਆਸੀ ਪਾਰਟੀਆਂ ਦੇ ਨਾਲ ਵੀ ਜਿੰਨਾ ਚਿਰ ਜਿਹੜੇ ਤਿੰਨੇ ਕਾਨੂੰਨ ਹੈ ਇਹ ਰੱਦ ਨਹੀਂ ਹੁੰਦੇ ਉਹਨਾਂ ਚਿਰ ਕੋਈ ਵੀ ਸਿਆਸੀ ਪਾਰਟੀ ਵੋਟਾਂ ਮੰਗਣ ਵਾਸਤੇ ਜਾਂ ਸਿਆਸੀ ਪ੍ਰਚਾਰ ਵਾਸਤੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਦੇ ਨਹੀਂ ਜਾਊਗੀ। ਪਰ ਇਹਨਾਂ ਨੇ ਕਿਹਾ ਕੁਛ ਹੈ ਕਮਾਉਂਦੇ ਕੁਛ ਹੈ, ਜਿਹੜਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਲਗਾਤਾਰ ਆਪਣਾ ਜਿਹੜਾ ਪੈਰ ਪਸਾਰਨ ਉਹ ਸ਼ੁਰੂ ਕਰਤੇ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕਰਤਾ, ਇਸ ਦਾ ਵਿਰੋਧ ਕਰਨ ਲਈ ਅੱਜ ਜਿਵੇਂ ਅਰਵਿੰਦਰ ਕੇਜਰੀਵਾਲ ਮਾਨਸਾ ਚ ਆ ਰਿਹਾ ਅਸੀਂ ਉਸ ਦਾ ਇਹ ਵਿਰੋਧ ਕਰਦੇ ਹਾਂ, ਉਹਨੂੰ ਇਹ ਸਵਾਲ ਪੁੱਛਦੇ ਹਾਂ ਵੀ ਜਦੋਂ ਤੁਸੀਂ ਉੱਥੇ ਸੰਯੁਕਤ ਮੋਰਚੇ ਵਿੱਚ ਇਹ ਫੈਸਲਾ ਲਿਆ ਸੀ ਤਾਂ ਜਦੋਂ ਅੱਜ ਨਹੀਂ ਖੜ ਸਕਦੇ ਤਾਂ ਕੱਲ੍ਹ ਨੂੰ ਤੁਸੀਂ ਫਿਰ ਕਿਵੇਂ ਖੜੋਗੇ ਆਪਦੇ ਵਿਚਾਰਾਂ 'ਤੇ? ਸਾਡੀ ਇਹੀ ਲੜਾਈ ਹੈ ਵੀ ਜਿੰਨਾ ਚਿਰ ਸਾਡੇ ਤਿੰਨੇ ਕਾਨੂੰਨ ਆ ਜਿਹੜੇ ਉਹ ਰੱਦ ਨਹੀਂ ਹੋ ਜਾਂਦੇ
ਤਾਂ ਉਹਨਾਂ ਚਿਰ ਅਸੀਂ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ ਅਤੇ ਨਾਲ ਜਿਹੜੇ ਅਸੀਂ ਸਵਾਲ ਪੁੱਛਣੇ ਹੈ ਉਹ ਸਵਾਲਾਂ ਦੇ ਜਵਾਬ ਲਏ ਬਿਨਾਂ ਅਸੀਂ ਕੇਜਰੀਵਾਲ ਨੂੰ ਇੱਥੋਂ ਟੱਪਣ ਨਹੀਂ ਦਿੰਦੇ ਜਿੰਨਾ ਚਿਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਦੇ। ਹਾਂਜੀ ਤੁਹਾਡਾ ਕੀ ਕਹਿਣਾ ਜੋ ਅੱਜ ਦਾ ਧਰਨਾ ਕੇਜਰੀਵਾਲ ਦੇ ਖਿਲਾਫ? ਅੱਜ ਜਿਹੜਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਜੀ ਮਾਨਸਾ ਦੇ ਵਿੱਚ ਪਹੁੰਚ ਰਹੇ ਨੇ, ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਲਾਗੂ ਕਰਨ ਦੇ ਲਈ ਅਸੀਂ ਕੇਵਲ ਸਵਾਲ ਕਰਨੇ ਆ ਉਹਨਾਂ ਨੂੰ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਔਰ ਪੰਜਾਬ ਦੇ ਅੰਦਰ ਇਹਨਾਂ ਦੇ ਜਿਹੜੇ 20 ਵਿਧਾਨਕਾਰ ਜਿੱਤ ਕੇ ਗਏ ਹੈ ਉਹਨਾਂ ਦੀ ਕੀ ਕਾਰਜਕਾਰੀ ਰਹੀ ਹੈ ਔਰ ਇਸ ਮਾਮਲੇ 'ਤੇ ਜੋ ਸਾਡਾ ਕਿਸਾਨੀ ਮਾਮਲਾ ਹੈ ਔਰ ਇਹ ਜ਼ਮੀਨ ਨੂੰ ਬਚਾਉਣ ਦੇ ਲਈ ਤੁਹਾਡੇ ਕੀ ਉਪਰਾਲੇ ਹੋਣਗੇ ਔਰ ਇਹਨਾਂ ਜਿਹੜੇ ਮੁੱਦਿਆਂ ਦੇ ਆਧਾਰ 'ਤੇ ਅਸੀਂ ਜਿਹੜੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ। ਪਰ ਸਾਨੂੰ ਇੱਕ ਗੱਲ ਦਾ ਜ਼ਰੂਰ ਇਹ ਯਕੀਨ ਹੈ ਕਿ ਇਹਨਾਂ ਲੋਕਾਂ ਵੱਲੋਂ ਕੇਵਲ ਭਰਮਾਉਣ ਦਾ ਕੰਮ ਕਰਨਾ ਹੈ। ਅੱਜ ਵੀ ਜਿਹੜਾ ਮੈਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਜਿਹੜਾ ਵਿਅਕਤੀ ਪ੍ਰੈਸ ਨੂੰ ਲੁਕੋ ਕੇ ਇਕੱਲੇ ਗੱਲ ਕਰਨਾ ਚਾਹੁੰਦਾ ਇਹਦਾ ਮਤਲਬ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕਰ ਸਕਦਾ। ਉਹ ਪੰਜਾਬ ਤੋਂ ਲੁਕੋ ਕੇ ਗੱਲ ਜਿਹੜਾ ਕਰੂਗਾ ਉਹ ਜ਼ਰੂਰ ਪੰਜਾਬ ਦੇ ਲੋਕਾਂ ਦੇ ਵਿਰੋਧੀ ਗੱਲ ਹੋਏਗੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸੰਯੁਕਤ ਕਿਸਾਨ ਮੋਰਚਾ ਆਪਣਾ ਸੰਘਰਸ਼ ਜਿਹੜਾ ਉਹ ਜਾਰੀ ਰੱਖੇਗਾ ਜਿੰਨਾ ਸਮਾਂ ਜਿਹੜਾ ਇਹ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੋਣ। ਪ੍ਰਸ਼ਨ ਹੈ ਜੀ, ਜਿਹੜਾ ਇਹਨਾਂ ਨੂੰ ਬੁਲਾਉਂਦੇ ਨੇ ਫਿਰ ਉਹ ਵੀ ਕਿਸਾਨ ਹੀ ਨੇ ਜੀ, ਉਹ ਵੀ ਕੋਈ ਹੋਰ ਨਹੀਂ ਹੈਗੇ? ਦੇਖੋ ਇਹਦੇ 'ਚ ਫਰਕ ਹੈ, ਕਿਸਾਨ ਤਾਂ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਵੀ 70-80% ਜਿਹੜਾ ਉਹ ਪੰਜਾਬ ਸਾਡੇ ਕਿਸਾਨਾਂ ਦੀ ਧਰਤੀ ਹੈ, ਲੇਕਿਨ ਉਹ ਸਾਰੇ ਲੋਕ ਲੜਨ ਵਾਲੇ ਨਹੀਂ। ਕਿਉਂਕਿ ਜੇਕਰ ਵਿਚਾਰੇ ਉਹ ਸਾਰੇ ਲੜਨ ਵਾਲੇ ਹੁੰਦੇ ਤਾਂ ਇੱਥੋਂ ਤੱਕ ਜਿਹੜਾ ਮਾੜੇ ਲੋਕ ਹੈ ਉਹ ਆਪਣੀ ਰਾਜਸੱਤਾ ਨੂੰ ਕਾਇਮ ਨਹੀਂ ਸੀ ਰੱਖ ਸਕਦੇ, ਉਹਨਾਂ ਦੇ ਵਿਰੋਧ ਦੇ ਜਿਹੜੇ ਕਾਨੂੰਨ ਨਹੀਂ ਸੀ ਬਣ ਸਕਦੇ। ਸੰਯੁਕਤ ਮੋਰਚਾ ਕਿਸਾਨ ਜਥੇਬੰਦੀਆਂ ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਇਹ ਕਿਸਾਨਾਂ ਦੇ ਹਿੱਤਾਂ ਲਈ ਲੜ ਰਹੀਆਂ ਨੇ ਔਰ ਕਿਸਾਨ ਸੰਯੁਕਤ ਕਿਸਾਨ ਮੋਰਚਾ ਜਿਹੜਾ ਦਿਨ ਪਰ ਦਿਨ ਜਿਹੜਾ ਇਹ ਪ੍ਰਾਪਤੀਆਂ ਵਾਲੇ ਪਾਸੇ ਜਾ ਰਿਹਾ ਔਰ ਇਹ ਜਿਹੜਾ ਅੱਜ ਪੂਰੇ ਪੰਜਾਬ ਦੇ ਨਹੀਂ ਪੂਰੇ ਦੇਸ਼ ਨਹੀਂ ਪੂਰੀ ਦੁਨੀਆ ਦੇ ਲੋਕਾਂ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਜਾਗਰਿਤ ਕੀਤਾ। ਇਕੱਲਾ ਕਿਸਾਨ ਨਹੀਂ, ਜਿੰਨੇ ਵੀ ਲੋਕ ਵਿਰੋਧੀ ਫੈਸਲੇ ਲਾਗੂ ਹੋ ਰਹੇ ਨੇ ਅੱਜ ਲੋਕ ਜਿਹੜਾ ਉਹਨਾਂ ਦੇ ਲਈ ਸਵਾਲ ਖੜੇ ਕਰ ਰਿਹਾ ਅਤੇ ਲੀਡਰਾਂ ਤੋਂ ਸਵਾਲ ਪੁੱਛ ਰਹੇ ਨੇ। ਚੱਲ ਰਹੀਆਂ ਨੇ, ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਲਖੀਮਪੁਰ ਖੀਰੀ ਵਾਲਾ ਜਿਹੜਾ ਕਾਂਡ ਕਤਲ ਕਾਂਡ ਹੈ ਉਹਨੂੰ ਭੁਲਾਉਣ ਵਾਸਤੇ ਉੱਥੇ ਇੱਕ ਗਰੀਬ ਬੰਦੇ ਦਾ ਕਤਲ ਕੀਤਾ ਗਿਆ, ਇਹਨੂੰ ਕੋਈ ਉਹਦੇ ਨਾਲ ਜੋੜ ਕੇ ਨਾ ਵੇਖੇ, ਮਾੜੀ ਜਿਹੀ ਨਿਗਾਹ ਪਿੱਛੇ ਮਾਰਿਓ ਕਿ ਜਦੋਂ ਦੇਸ਼ ਨੂੰ ਵੰਡਣਾ ਸੀ ਆਪਣੇ ਦਾਦੇ ਪੜਦਾਦੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਸੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗੇ, ਉਦੋਂ ਇਹਨਾਂ ਨੇ ਸਾਡੇ ਇੱਕ ਨੂੰ ਤੋੜਨ ਵਾਸਤੇ ਧਰਮ ਦਾ ਆਸਰਾ ਲਿਆ ਤੇ ਧਰਮ ਦੇ ਨਾਂ ਦੇ ਉੱਤੇ ਐਸੀਆਂ ਅਫਵਾਹਾਂ ਫੈਲਾਈਆਂ, ਐਸੇ ਸ਼ੋਸ਼ੇ ਛੱਡੇ ਕਿ ਲੋਕਾਂ ਨੇ ਇੱਕ ਦੂਜੇ ਨੂੰ ਕੱਟਣਾ ਵੱਢਣਾ ਸ਼ੁਰੂ ਕਰ ਦਿੱਤਾ। 10 ਲੱਖ ਲੋਕਾਂ ਦਾ ਕਤਲ ਹੋ ਗਿਆ 1947 ਦੇ ਵਿੱਚ, 10 ਲੱਖ ਲੋਕ ਮਰ ਗਏ ਸੀ। ਉਹ ਤੋਂ ਬਾਅਦ 84 ਦੇ ਵਿੱਚ ਦਿੱਲੀ 'ਚ ਕੀ ਹੋਇਆ, ਗੁਜਰਾਤ ਦੇ ਦੰਗਿਆਂ 'ਚ ਕੀ ਹੋਇਆ ਸਾਰਾ ਕੁਛ ਜਾਣਦੇ ਹਾਂ। ਤੇ ਸਾਡੇ ਮੋਰਚੇ ਨੂੰ ਖਿਲਾਰਨ ਵਾਸਤੇ, ਏਕੇ ਨੂੰ ਤੋੜਨ ਵਾਸਤੇ ਇਹ ਸਿੰਘੂ ਬਾਰਡਰ ਦੇ ਉੱਤੇ ਮੇਰੇ ਵੀਰੋ ਇਹ ਚਾਹੁੰਦੇ ਆ ਕਿ ਕਿਸਾਨਾਂ ਦੇ ਖਿਲਾਫ ਨਿਹੰਗ ਸਿੰਘ ਖੜੇ ਹੋ ਜਾਣ, ਇਹ ਆਪਸ 'ਚ ਟੱਕਰੇ ਰਹਿਣ, ਇਸ ਗੱਲ ਤੋਂ ਸਾਵਧਾਨ ਰਹਿ ਕੇ ਆਪਣੇ ਏਕੇ ਨੂੰ ਮਜ਼ਬੂਤ ਕਰਕੇ ਭਾਈ ਇਹਨਾਂ ਸਾਰਿਆਂ ਨੂੰ ਚੁਕਾਉਣਾ ਹੋਵੇਗਾ। ਚਾਹੇ ਸੁਖਬੀਰ ਬਾਦਲ ਹੋਵੇ, ਚਾਹੇ ਕੋਈ ਕਾਂਗਰਸ ਪਾਰਟੀ ਵਾਲੇ ਹੋਣ, ਚਾਹੇ ਕੇਜਰੀਵਾਲ ਹੋਵੇ, ਇਹਨਾਂ ਨੇ ਆਖਰ ਨੂੰ ਤੁਹਾਡੇ ਪੈਰਾਂ 'ਚ ਆ ਕੇ ਡਿੱਗਣਾ ਹੀ ਡਿੱਗਣਾ, ਤੁਹਾਡੀ ਜਿੱਤ ਹੋਣੀ ਹੋਣੀ ਹੈ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਤੋਂ ਆਸ ਕਰਦਾ ਕਿ ਸਾਰੇ ਭਰਾ ਭੈਣ ਸਿਰ ਜੋੜ ਕੇ ਤੁਰੀ ਚੱਲਿਓ, ਮੰਜ਼ਿਲ ਆਉਣ ਵਾਲੀ ਹੈ, ਜਿੱਤ ਤੁਹਾਡੇ ਕਦਮ 'ਚ ਚੁੰਮੂਗੀ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਮੇਰਾ ਰੱਲਾ ਜੀ ਦਾ। ਹੁਣ ਮੈਂ ਬੇਨਤੀ ਕਰਦਾ ਮਹਿੰਦਰ ਸਿੰਘ ਜੀ ਭੈਣੀ ਬਾਗਾ, ਉਹ ਤੁਹਾਡੇ ਨਾਲ ਆਪਣੇ ਵਿਚਾਰ ਕ੍ਰਿਸ਼ਨ ਚੌਹਾਨ ਜੀ, ਕ੍ਰਿਸ਼ਨ ਚੌਹਾਨ ਜੀ ਇੱਕ ਬੇਨਤੀ ਹੈ ਸਾਡੇ ਜਿਹੜੇ ਵਰਕਰ ਸਾਹਿਬਾਂ ਨੂੰ ਆਸੇ ਪਾਸੇ ਤੁਰੇ ਫਿਰਦੇ ਹੈ ਵੀ ਜੇ ਤਾਂ ਕੇਜਰੀਵਾਲ ਦੇ ਵਿਰੋਧ ਚ ਆਏ ਉਹ ਤਾਂ ਪੰਡਾਲ ਦੇ ਵਿੱਚ ਆ ਜਾਓ, ਤੇ ਜਿਹੜੇ ਉਹਦੀ ਹਿਮਾਇਤ ਉਹ ਭਾਈ ਉਹਨਾਂ ਦੇ ਨਾਲ ਖੜੇ ਰਹੋ, ਸਾਨੂੰ ਕੋਈ ਇਤਰਾਜ਼ ਨਹੀਂ।
इस करके बेनती है जो आप दुख के मारे आए हो तो पंडाल के आने की कृपालता करो। संयुक्त किसान मोर्चे ने सदे अते प्रोग्राम नू लागू करन दे लई पिछले एक साल तो संघर्ष दे राज पए मेरे पंजाबियो किसानों नौजवान वीरों अज आपां जो कि पंजाब दे लई पंजाबी अदा नारा दे के और पंजाब दी सियासत दे विच बड़ी सरगर्मी के लोगों भरमाने जिस तरह यह साड़िया राजनीतिक पार्टियां अपने दगमगे मार दिया ने और उस कड़ी के बच्च अज मानसा के अंदर केजरीवाल साहब आ रहे हैं। सुनिए कि इनकलाबी कहा यह भी सुनिए कि नारे बड़े वधिया लाउंदे पर अमल दे विच जो कुछ वापर रहा है ये तो इनकार नहीं किया जा सकता कि साडा सवाल ये करना पड़ता सी कि केजरीवाल साहब जदों एक कानून बन रहे सी तेरी पार्टी तेरे पार्टी के एम पी ते तेरी दिल्ली के जड़े एम एल ए ते जड़े मंत्री संतरी है उन्हों का एक किसान विरोधी जड़ा खेती एक्ट पास होया है उस समय तुहाडा की स्पष्टीकरण सी उहदे कोल इस गल का जवाब नहीं होएगा। उहदे कोल जवाब होएगा कि मैं पंजाब में इनकलाब करने जा रहा हूं, मैं पंजाब में एक नई राजनीति बनाने जा रहा हूं और पंजाब के लोगों के लिए ये राजनीति बहुत पसंद आएगी। इस तरह के नारे देख के वह भरमाउण का काम जिहड़ा है इन्हें 2017 तो शुरू किया लेकिन मैं इस गल दे विच नहीं करनी चाहुंदा कि जिहड़ा इहदा की रहा लेकिन एक सवाल करना बनता है कि पंजाब दे अंदर पंजाब दे लोकां ने जदों इह बहुत वड्डा भार पिया जदों बहुत वड्डी साख साडे पंजाबियां ते साडे किसानां ते जदों कहिंदे आ सियाणे कि जदों किसे दी मां ते उहदे ते हथ चुक्या जांदा है ते मां साडी जमीन हुंदी है ते जदों साडी जमीन साडों हथों जांदी होवे ते राजनीतिक पार्टियां चुप करके बैठियां होण ते जदों तुसीं खाड़ा मगा दिओ ते उस तों बाद ये प्रेस कॉन्फ्रेंसां करके कोई विरोध कर रहा है ते कोई मगरमच्छ वाले हंझू वा रहा है लेकिन मैं केजरीवाल साहब नूं इस स्टेज तों साडे संयुक्त किसान मोर्चे वल्लों ये सवाल करना चाहुंदा कहिंदे जी पंजाब दे अंदर इलेक्शन होण जा रही है उहदे च कांग्रेसी गप मारदे है कहिंदे जी असीं जिहड़ी बिजली नूं लै के ये 200 यूनिट जिहड़ी है ਉਹ ਫ੍ਰੀ ਦੇ ਰਹੇ ਹੈ ਤੇ ਉਸ ਤੋਂ ਬਾਅਦ ਕਿਉਂਕਿ ਰਾਜ ਸੱਤਾ ਦੇ ਲਈ ਸੁਖਬੀਰ ਸਿੰਘ ਥੋੜਾ ਜਿਹਾ ਜ਼ਿਆਦਾ ਕਾਲਾ ਉਹਨੇ ਬਿਨਾਂ ਸੋਚੇ ਸਮਝੇ ਕਹਿੰਦਾ ਨਹੀਂ ਜੀ 200 ਨਾਲ ਗੱਲ ਨਹੀਂ ਬਣਦੀ ਹੁਣ ਸਮਾਨ ਵੱਧ ਗਿਆ ਲੋਕਾਂ ਦੇ ਇਸ ਕਰਕੇ ਮੇਰੀ ਇੱਕ ਵਾਰੀ ਸਰਕਾਰ ਬਣਾ ਦਿਓ ਤੇ ਮੈਂ 400 ਯੂਨਿਟ ਜਿਹੜਾ ਹੈ ਉਹ ਮਾਫ਼ ਕਰਾਂਗੇ ਤੇ ਨਾਲ ਹੀ ਫਿਰ ਕੇਜਰੀਵਾਲ ਸਾਹਿਬ ਨੇ ਇੱਥੇ ਆ ਕੇ ਜੀ ਕਹਿੰਦੇ ਪ੍ਰੈਸ ਕਾਨਫਰੰਸ ਕਰਤੀ ਤੇ ਨਾਲ ਲੈ ਰਿਹਾ ਮੇਰੇ ਭਰਾਵਾਂ ਨੂੰ ਜਿਹੜੇ ਸਾਡੇ ਗੁੰਮਰਾਹ ਹੋਏ ਲੋਕ ਨੇ ਉਹਨਾਂ ਨੂੰ ਕਹਿੰਦਾ ਜੀ ਪੰਜਾਬ ਦੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਲਈ 600 ਯੂਨਿਟ ਜਿਹੜੀ ਹੈ ਉਹਦੀ ਮਾਫ਼ੀ ਅਸੀਂ ਦੇਵਾਂਗੇ ਬਹੁਤ ਵੱਡੀ ਗਰੰਟੀ ਕਰਤੀ ਪਰ ਮੈਂ ਕਿਸਾਨਾਂ ਨੂੰ ਪੁੱਛਣਾ ਚਾਹੁੰਦਾ ਕਿ ਬਈ ਜਿਹੜਾ ਇਹ ਜੰਮੂ ਕਸ਼ਮੀਰ ਦੇ ਵਿੱਚ ਹੋਇਆ 370 ਧਾਰਾ ਨੂੰ ਲੈ ਕੇ ਉਹਦੇ 'ਤੇ ਹਮਲਾ ਕੀਤਾ ਗਿਆ ਉਹਨਾਂ ਦੇ ਵਿਸ਼ੇਸ਼ ਅਧਿਕਾਰ ਖੋਲ੍ਹੇ ਉਦੋਂ ਤਾਂ ਮੋਦੀ ਸਾਹਿਬ ਨੇ ਇਹ ਝੜਪ ਕੀਤੀ ਹਮਲਾ ਕੀਤਾ ਅਤੇ ਕੇਜਰੀਵਾਲ ਦੀ ਪਾਰਟੀ ਨੇ ਉਹਦੀ ਹਮਾਇਤ ਕੀਤੀ ਉਹ ਭਗਵੰਤ ਮਾਨ ਰੁੱਸਿਆ ਵੀ ਇਸ ਮਾਮਲੇ 'ਚ ਚੁੱਪ ਚਪੀਤੇ ਕਰਕੇ ਅਤੇ ਉਹਦੇ ਵਿੱਚ ਜਿਹੜਾ ਵਿਸ਼ੇਸ਼ ਸਾਡੇ ਅਧਿਕਾਰ ਨੇ ਜਿਹੜੇ ਰਾਜਾਂ ਦੇ ਅਧਿਕਾਰ ਨੇ ਉਹਦੇ 'ਚ ਬਿਜਲੀ ਪਹਿਲੇ ਨੰਬਰ 'ਤੇ ਆਉਂਦੀ ਹੈ ਅਤੇ ਹੁਣ ਇਹ ਮਾਮਲਾ ਕੇਜਰੀਵਾਲ ਸਾਹਿਬ ਨਾ ਇਹ ਚਰਨਜੀਤ ਚੰਨੀ ਦਾ ਨਾ ਇਹ ਬਾਦਲ ਸਾਹਿਬ ਦਾ ਅਤੇ ਨਾ ਹੀ ਇਹ ਮਾਮਲਾ ਹੁਣ ਕੇਜਰੀਵਾਲ ਸਾਹਿਬ ਤੁਹਾਡੇ ਪੰਜਾਬ ਵਾਲੇ ਲੋਕਾਂ ਦਾ ਇਹ ਕੇਂਦਰ ਨੇ ਫੈਸਲਾ ਕਰਨਾ ਕਿ ਅਸੀਂ ਉਸ ਜਿਹੜੀ ਬਿਜਲੀ ਐਕਟ ਜਿਹੜਾ ਪਾਸ ਹੋਣ ਜਾ ਰਿਹਾ ਖਰੜਾ ਸਾਰਾ ਤਿਆਰ ਹੋ ਗਿਆ
और खरड़े दे विच बकायदा तौर ते वह कहिंदे अमेंडमेंट दे विच करता वह लिखती रूप च आ गया कि इहदे च कोई कंसेशन जिहड़ी है वह नहीं दित्ती जा सकती। लेकिन अज तिन्ने पार्टियां यह झूठ बोल रही है गुमराह कर रही ने। तो फिर इन्हां लोकां नूं पुछण वाला होवे आ जिहड़े लारे बन के आउंदे आ आ परसों चौथे इत्थे कहिंदे जी इक साडा मंत्री आया नवा बणिया वह मुंडा भी छूक बेचारा गप गुप वधिया मार लैंदा कहिंदे सड़ाकियां दीआं गल्लां करदा। ते जदों इत्थे मानसा च प्रवेश कीता आ हरे परने पाए है हरे परने पाए है ना बस पता लग रहा है भी ये काले कानूनों के खिलाफ लड़ रही है साड़ी किसानी लड़ रही है। तो जड़े ने वो हरे परने पोए सी ते भाई क्यों पोए सी इस करके पोए सी कि उन्होंने गुमराह किया जाए किसानों इस करके पोए सी कि जड़े अज तक साढ़े पंजाब के 700 तो ज्यादा उस मोर्चे के शहीद हो गए कि हरे परने पा के ये लोगों को यह दसना चाहते हैं कि असली इनकलाब जरा ये लोग कर गए दर्शाना चाहते हैं। सो इस करके मैं बेनती करनी चाहना है कि साडा जरा संयुक्त किसान मोर्चे का प्रोग्राम है वो उन्ना चिर जारी रहना है जिन्ना समा ये तिने खेती कानून रद्द नहीं हो जाते। दूसरा यह है कि MSP की जी कानूनी गरंटी है उद्दे पार्टियां नहीं बोलन गियां क्योंकि ये हमायत दिती हुई है पहला तो। सो साड़ी लड़ाई उन्ना समा जारी रहेगी। हुण मेरे भरा आए सीगे ठीक है रोज मिलते करते हैं साडा जिहड़ा बखरेवा यह प्रोग्राम से है ना कि कोई व्यक्तिगत जिहड़ा कोई साडी जमीन के मामले च साडी जमीर के मामले च पंजाब के हितों की गल ते पंजाब के पानियों की गल ते पंजाब के अंदर जिहड़ा 1 करोड़ रुपये का यह पोल्यूशन लेके पराली लेके उहदे विरोध की गल करेगा तो असीं उहनां नूं बख्शांगे नहीं। ये संयुक्त किसान मोर्चे का ऐलान है। इस करके अज भी मैं कहा कि भाई साडी लड़ाई जिहड़ी है किसी व्यक्ति विशेष के खिलाफ नहीं साडी लड़ाई उन्हां लोकां दे विरोध दे विच है कि जिहड़े लोकां ने यह कानून पास करन दे विच जिहड़ा वह चाहे चुप करके उसे हमायत दित्ती होवे चाहे बाइकाट करके कीती होवे ते चाहे सीधे रूप दे विच जिहड़ी हमायत कीती होवे। सो ये प्रोग्राम साडा अज का भी प्रोग्राम उही है साढ़े लिए ना कोई जरा बगाना।